हाँ जी, सत श्री अकाल जी सारिआं नूं ते वेलकम आ तुहाडा अज्ज इक नवीं वीडियो दे विच। ते अज्ज गल करांगे कि जिद्दां तुसीं एक जॉब करदे आ, मान लो तुसीं 8 घंटे वाली कोई भी जॉब करदे आ, 8-10 घंटे वाली, ते तुहाडे कोल टाइम हुंदा जां तुहाडे कोल सैटरडे संडे तुसीं फ्री हुंदे आ जां तुसीं ईवनिंग टाइम फ्री हुंदे आ, की तुसीं जिहड़ी आ होर जिहड़ी आ जॉब कर सकदे आ, पार्ट टाइम जॉब कर सकदे आ, कि उहदे वास्ते कोई तुहानूं एग्रीमेंट वगैरह जां कुछ करना पवेगा कि जां डायरैक्टली तुहानूं कोई चक्कर नहीं हैगा, तुसीं कितें वी जाके काम कर सकदे आ, उहदे बारे गल करांगे। ते नाल ही इक गल होर आ, मान लो जे तुहाडी जॉब मिस हो गई आ, तुसीं जॉब छड्ड चुके आ जां तुहानूं तुहानूं जॉब तों कढ दित्ता वा ते दूजी जॉब तुहानूं नहीं मिल रही, तुहाडे कोल फ्री टाइम हैगा वा ते तुसीं सोचदे आ कि चलो जे कितें दिहाड़ी मिलदी तां आपां कर लईए, उहदे सारे बारे आपां गल करांगे कि तुसीं ਕਿਹੜੇ ਪ੍ਰੋਸੈਸ ਦੇ ਹਿਸਾਬ ਨਾਲ ਜਿਹੜੀ ਆ ਜੋਬ ਕਰ ਸਕਦੇ ਆ। ਜੇ ਤੁਸੀਂ ਡਾਇਰੈਕਟਲੀ ਜੋਬ ਕਰਦੇ ਆ ਬਿਨਾਂ ਕਿਸੇ ਰੂਲ ਐਂਡ ਰੈਗੂਲੇਸ਼ਨ ਦੇ, ਤੁਹਾਡੇ 'ਤੇ ਕੀ ਇਫੈਕਟ ਪਊਗਾ? ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿੱਦਾਂ ਹੁਣ ਜਿਨ੍ਹਾਂ ਕੋਲ ਜੋਬ ਹੈਗੀ ਆਲਰੇਡੀ, ਜਿੱਦਾਂ ਹੁਣ ਮੇਰੇ ਕੋਲ ਇੱਕ ਜੋਬ ਹੈਗੀ ਹੈ, ਮੈਂ ਦੂਸਰੀ ਵੀ ਕਰਦਾ ਫੋਰ ਐਗਜ਼ਾਮਪਲ, ਅਤੇ ਇੱਕ ਜੋਬ ਜਿਹੜੀ ਮੇਰੀ 8 ਘੰਟੇ ਦੀ, ਉਹਦਾ ਮੇਰਾ ਕੰਟਰੈਕਟ ਲੱਗਾ ਵਾ, ਪ੍ਰੋਪਰ ਜਿਹੜਾ ਟੈਕਸ ਜਾ ਰਿਹਾ ਵਾ, ਸਾਰਾ ਕੁਛ ਬਹੁਤ ਵਧੀਆ ਚੱਲਦਾ ਪਿਆ, ਠੀਕ ਆ, ਅਤੇ ਮੇਰੇ ਕੋਲ ਟਾਈਮ ਹੁੰਦਾ ਵਾ ਸੈਟਰਡੇ ਸੰਡੇ ਦਾ, ਮੈਂ ਫ੍ਰੀ ਹੁੰਦਾ ਵਾਂ, ਉਸ ਤੋਂ ਬਾਅਦ 'ਚ ਮੈਂ ਮਾਰਨਿੰਗ ਟਾਈਮ ਫ੍ਰੀ ਹੁੰਦਾ ਵਾਂ, ਅਤੇ ਮੈਂ ਇੱਕ ਦੂਸਰੀ ਜੋਬ ਫਾਇੰਡ ਕੀਤੀ ਆ, ਜਾਂ ਮੈਨੂੰ ਕੋਈ ਬੰਦਾ ਕਹਿ ਰਿਹਾ ਕਿ ਤੂੰ ਮੇਰੇ ਕੋਲ ਕੰਮ 'ਤੇ ਆ ਜਾ ਕਰ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵਾ, ਜੇ ਤੁਹਾਡੇ ਕੋਲ ਆਲਰੇਡੀ ਇੱਕ ਜੋਬ ਹੈਗੀ ਆ ਅਤੇ ਜਦੋਂ ਤੁਸੀਂ ਦੂਸਰੀ ਜੋਬ ਦੇ ਵਿੱਚ ਕੰਮ ਕਰਨਾ ਵਾ ਤਾਂ ਤੁਸੀਂ ਉਹਦਾ ਵਾ ਕੰਟਰੈਕਟ ਲੈਣਾ ਵਾ, ਉਹਦੇ ਵਿੱਚ ਇਹ ਆ ਜਿਹੜੀ ਪਹਿਲੀ ਜੋਬ ਆ ਜਿਹੜੀ ਤੁਹਾਡੀ, ਉਹਦੇ ਵਿੱਚ ਤੁਹਾਡਾ ਕੰਟਰੈਕਟ ਆਲਰੇਡੀ ਹੁੰਦਾ ਵਾ, ਕੰਮ ਦਾ ਕੰਟਰੈਕਟ ਹੁੰਦਾ ਵਾ, ਉਹ TRC ਕਾਰਡ ਵਗੈਰਾ ਸਾਰਾ ਕੁਛ ਅਪਡੇਟ ਹੋਇਆ ਹੁੰਦਾ। ਪਰ ਜਿਹੜੀ ਦੂਸਰੀ ਜੋਬ ਤੁਸੀਂ ਪਾਰਟ ਟਾਈਮ ਜੋਬ ਕਰਨੀ ਹੈ ਨਾ ਅਰਮਾਨੀਆਂ ਦੇ ਵਿੱਚ, ਉਹਦੇ ਵਿੱਚ ਖਾਲੀ ਤੁਹਾਨੂੰ ਕੰਟਰੈਕਟ ਚਾਹੀਦਾ ਵਾ, ਹੋਰ ਕੁਛ ਨਹੀਂ ਚਾਹੀਦਾ ਹੈਗਾ। ਕੰਟਰੈਕਟ ਵਿੱਚ ਇੱਦਾਂ ਹੋ ਸਕਦਾ ਤੁਹਾਡੇ ਕੋਲ 4 ਘੰਟੇ ਦਾ ਕੰਟਰੈਕਟ ਹੋ ਸਕਦਾ ਵਾ, ਤੁਹਾਡੇ ਕੋਲ 8 ਘੰਟੇ, ਕੰਮ ਚਾਹੇ ਤੁਸੀਂ 10 ਘੰਟੇ ਕਰ ਲਓ, ਠੀਕ ਆ, ਉਹ ਕੋਈ ਇਸ਼ੂ ਨਹੀਂ ਹੈਗਾ, ਤੁਹਾਡੇ ਕੋਲ ਕੰਟਰੈਕਟ ਹੋਣਾ ਚਾਹੀਦਾ। ਹੈਗੇ ਆ ਜਿਹੜੇ ਕੰਮ ਕਰਦੇ ਆ, ਜੇ ਮਤਲਬ ਤੁਹਾਡੇ ਕੋਲ ਟਾਈਮ ਹੁੰਦਾ ਵਾ, ਤੁਸੀਂ ਦੂਸਰੀ ਜੋਬ ਕਰਨਾ ਚਾਹੁੰਦੇ ਆ, ਤਾਂ ਜਿਸ ਮਾਲਕ ਕੋਲ ਤੁਸੀਂ ਜੋਬ ਕਰਦੇ ਆ ਨਾ ਉਹਦੇ ਕੋਲੋਂ ਜ਼ਰੂਰ ਕੰਟਰੈਕਟ ਲੈ ਲਓ। ਜੇ ਤੁਸੀਂ ਨਹੀਂ ਕੰਟਰੈਕਟ ਲੈਂਦੇ ਤਾਂ ਕੰਮ 'ਤੇ ਤੁਹਾਨੂੰ ਇਮੀਗ੍ਰੇਸ਼ਨ ਜੇ ਫੜ ਲੈਂਦੀ ਆ ਤਾਂ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮ ਆ ਸਕਦੀ ਆ। ਰੀਸੈਂਟਲੀ ਇੱਕ ਦੋ ਬੰਦੇ ਆ ਜਿਹੜੇ ਫੜੇ ਆ, ਬੁਕਾਰੈਸਟ ਵਿੱਚ ਇੱਕ ਮੁੰਡਾ ਫੜਿਆ ਗਿਆ ਵਾ, ਸਾਡੇ ਇੱਥੇ ਬ੍ਰਸ਼ ਵਿੱਚ ਵੀ ਇਮੀਗ੍ਰੇਸ਼ਨ ਘੁੰਮਦੀ ਰਹਿੰਦੀ ਆ, ਉਹਨਾਂ ਨੇ ਵੀ ਇੱਕ ਬੰਦੇ ਨੂੰ ਫੜਿਆ ਵਾ, ਬਟ ਬੁਕਾਰੈਸਟ ਵਾਲੇ ਦਾ ਆਈਡੀ ਕਾਰਡ, ਪਾਸਪੋਰਟ, ਸਾਰਾ ਕੁਝ ਉਹਨਾਂ ਨੇ ਲੈ ਲਿਆ ਸੀਗਾ। ਤਕਰੀਬਨ ਉਹਨੂੰ ਬਹੁਤ ਮੁਸ਼ਕਲ ਆਈ ਉਹਨੂੰ ਉਸ ਬੰਦੇ ਨੂੰ, ਅਤੇ ਫਾਈਨਲੀ ਉਹਨੂੰ ਲੋਇਰ ਵਗੈਰਾ ਕਰਨਾ ਪਿਆ, ਬਟ ਨਹੀਂ ਗੱਲ ਬਣੀ ਹੈਗੀ, ਠੀਕ ਆ। ਅਤੇ ਜਿਹੜਾ ਅਰਮਾਨ ਜਿਹੜਾ ਇੱਥੇ ਸੀਗਾ ਸਾਡੇ ਸਿਟੀ ਦੇ ਵਿੱਚ ਸੀਗਾ, ਅਤੇ ਉਹ ਵੀ ਬੜਾ ਤੇਜ਼ ਸੀਗਾ, ਅਤੇ ਉਹਦੇ ਨਾਲ ਵੀ ਇੱਦਾਂ ਦਾ ਹੈਪਨ ਹੋਇਆ, ਇਮੀਗ੍ਰੇਸ਼ਨ ਨੇ ਘੇਰਿਆ ਉਹਨੇ, ਉਹ ਵੀ ਲੋਕਾਂ ਦੇ ਵੀਜ਼ੇ ਵੂਜ਼ੇ ਲਵਾਉਂਦਾ ਸੀਗਾ, ਪਰ ਆਪ ਦੀ ਉਹਦੀ ਜੋਬ ਜਿਹੜੀ ਆ ਉਹ ਚੱਲ ਗਈ ਸੀਗੀ, ਉਹਨੂੰ ਕੱਢ ਦਿੱਤਾ ਸੀ ਜੋਬ ਤੋਂ, ਦੂਜੀ ਥਾਂ ਉਹ ਕੰਮ ਕਰਦਾ ਸੀ ਬਿਨਾਂ ਮੌਕਾ ਪੇਪਰ ਨਿਕਲਿਆ। ਸੋ ਇੱਦਾਂ ਸਿਸਟਮ ਹੋ ਗਿਆ, ਜੇ ਮਤਲਬ ਤੁਸੀਂ ਫ੍ਰੀ ਆ ਜਦੋਂ ਤੱਕ ਤੁਹਾਡਾ ਮੌਕਾ ਪੇਪਰ ਨਹੀਂ ਨਿਕਲਦਾ, ਜੇ ਤੁਹਾਡੇ ਕੋਲ ਫਸਟ ਜੋਬ ਹੈ ਨਹੀਂ ਆ, ਤੁਸੀਂ ਫਸਟ ਜੋਬ ਵਾਸਤੇ ਅਪਲਾਈ ਕਰਤਾ ਵਾ, ਜਦੋਂ ਤੱਕ ਤੁਹਾਡੇ ਕੋਲ ਮੌਕਾ ਪੇਪਰ ਨਹੀਂ ਹੈਗਾ ਤਾਂ ਤੁਸੀਂ ਪਲੀਜ਼ ਜੋਬ ਨਾ ਕਰੋ, ਰਿਸਕ ਆ। ਅਤੇ ਜਦੋਂ ਤੁਹਾਡਾ ਮੌਕਾ ਪੇਪਰ ਨਿਕਲ ਆਉਂਦਾ ਉਹ ਤੋਂ ਬਾਅਦ ਤੁਸੀਂ ਜੋਬ ਕਰ ਸਕਦੇ ਆ। ਅਤੇ ਜਿਹੜੇ ਬੰਦੇ ਜਿਹੜੇ ਵੀ ਪਾਰਟ ਟਾਈਮ ਜੋਬ ਕਰਨਾ ਚਾਹੁੰਦੇ ਆ, ਕਿਸੇ ਵੀ ਮਤਲਬ ਕੰਮ ਦੇ ਵਿੱਚ ਪਾਰਟ ਟਾਈਮ ਜੋਬ ਕਰਨਾ ਚਾਹੁੰਦੇ ਆ, ਅਤੇ ਉਹ ਆਪਣਾ ਜਿਸ ਬੰਦੇ ਕੋਲ ਕੰਮ ਕਰ ਰਹੇ ਆ ਉਹਦੇ ਕੋਲ ਆਪਣਾ ਵਰਕ ਕੰਟਰੈਕਟ ਜ਼ਰੂਰ ਲੈ ਲਓ। ਵਰਕ ਕੰਟਰੈਕਟ ਜੇ ਤੁਸੀਂ ਲਓਗੇ ਦੂਸਰੇ ਕੰਮ ਦਾ, ਚਾਹੇ 4 ਘੰਟੇ ਦਾ, 2 ਘੰਟੇ ਦਾ, 6 ਘੰਟੇ ਦਾ, ਚਾਹੇ ਵੀਕ ਦੇ ਵਿੱਚ ਕਿੰਨੇ ਵੀ ਘੰਟੇ ਦਾ ਵਾ, ਠੀਕ ਆ, ਉਹ ਤੁਹਾਨੂੰ ਲੈਣਾ ਪੈਣਾ ਵਾ। ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਆ, ਕੰਟਰੈਕਟ ਲੈਣ ਤੋਂ ਬਿਨਾਂ ਕੰਮ ਨਾ ਕਰਿਓ। ਇਮੀਗ੍ਰੇਸ਼ਨ ਬੜੀ ਸਟ੍ਰਿਕਟ ਹੋਈ ਆ, ਬਹੁਤ ਘੁੰਮਦੀ ਆ ਇਮੀਗ੍ਰੇਸ਼ਨ, ਉਹ ਤਾਂ ਘੁੰਮਦੀ ਆ ਕਿਉਂਕਿ ਇੱਥੇ ਹੁਣ ਬਹੁਤ ਜ਼ਿਆਦਾ ਚੈਕਿੰਗ ਚੱਲਦੀ ਪਈ ਆ, ਪਹਿਲਾਂ ਵਾਲਾ ਅਰਮਾਨੀਆ ਨਹੀਂ ਰਿਹਾ ਜਿਹੜਾ 2 ਸਾਲ ਪਹਿਲਾਂ ਸੀਗਾ, ਅਤੇ ਕਾਫੀ ਇਹਦੇ ਵਿੱਚ ਚੇਂਜਸ ਆਏ ਆ, ਇਹਨਾਂ ਦਾ ਜ਼ੋਰ ਲੱਗਾ ਪਿਆ ਵਾ ਵੀ ਸ਼ਾਇਦ ਸਾਡਾ ਕੰਟਰੀ ਸ਼ੈਨਗਨ ਚ ਆ ਜਾਵੇ, ਉਹਦੇ ਵਾਸਤੇ ਅਸੀਂ ਜਿੰਨੇ ਵੀ ਹੋ ਸਕਦਾ ਸੁਧਾਰ ਕਰੀਏ, ਜਿਹੜੀ ਵੀ ਚੀਜ਼ ਇਹਨਾਂ ਨੂੰ ਲੱਗਦੀ ਹੈ ਕਿ ਵੀਕ ਪੁਆਇੰਟ ਜਿਹੜਾ ਵੀ ਹੈਗਾ ਵਾ ਉਹਨੂੰ ਅਸੀਂ ਜਿਹੜਾ ਵਾ ਕਲੀਅਰ ਕਰੀਏ, ਕਲੀਅਰ ਕਰਨ ਦੀ ਕੋਸ਼ਿਸ਼ ਕਰੀਏ। ਸੋ ਇਸ ਕਰਕੇ ਸਾਰੇ ਪਾਸੋਂ ਜਿਹੜਾ ਵਾ ਸਟ੍ਰਿਕਟ ਹੋਇਆ ਪਿਆ ਕੰਮ, ਅਤੇ ਇਹ ਨਾ ਹੋਵੇ ਕੱਲ੍ਹ ਨੂੰ ਤੁਸੀਂ ਫੜੇ ਜਾਓ ਇੱਥੇ ਤੁਹਾਨੂੰ ਪ੍ਰੋਬਲਮ ਆ ਜਾਵੇ, ਠੀਕ ਆ। ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀਗਾ ਇਸ ਵੀਡੀਓ ਦੇ ਵਿੱਚ ਕਿ ਜੇ ਕਿਸੇ ਕੋਲ ਫਸਟ ਜੋਬ ਹੈਗੀ ਆ, ਸੈਕਿੰਡ ਜੋਬ ਕਰਨਾ ਚਾਹੁੰਦਾ, ਉਹਦੇ ਕੋਲ ਟਾਈਮ ਹੈਗਾ ਵਾ, ਅਤੇ ਉਹ ਜਿੱਥੇ ਜੋਬ ਕਰਦਾ ਉਹਦਾ ਕੰਟਰੈਕਟ ਲੈ ਲਵੇ, ਬਿਨਾਂ ਕੰਟਰੈਕਟ ਤੋਂ ਕੰਮ ਨਾ ਕਰੇ, ਚਾਹੇ ਤੁਹਾਡੇ ਕੋਲ 4 ਘੰਟੇ ਦਾ, ਚਾਹੇ 8 ਘੰਟੇ ਦਾ, ਬਾਅਦ ਵਿੱਚ ਕੱਲ੍ਹ ਨੂੰ ਇਮੀਗ੍ਰੇਸ਼ਨ ਫੜ ਲੈਂਦੀ ਆ, ਅਤੇ ਇਮੀਗ੍ਰੇਸ਼ਨ ਬਹੁਤ ਸਖਤਾਈ ਕਰਦੀ ਆ, ਤੁਹਾਨੂੰ ਡਿਪੋਰਟ ਕਰੂਗੀ ਇਮੀਗ੍ਰੇਸ਼ਨ, ਉਹਦੇ ਵਿੱਚ ਤੁਹਾਡਾ ਪਾਸਪੋਰਟ, TRC ਕਾਰਡ ਜਿਹੜਾ ਲਿਆ ਜਾਊਗਾ ਕੈਂਸਲ ਤੁਹਾਨੂੰ ਕੀਤਾ ਜਾਊਗਾ ਇੱਥੋਂ, ਤੁਹਾਨੂੰ ਡਿਪੋਰਟ ਕੀਤਾ ਜਾਊਗਾ। ਅਤੇ ਜੇ ਮਤਲਬ ਤੁਸੀਂ ਫ੍ਰੀ ਆ, ਤੁਹਾਡੇ ਕੋਲ ਕੋਈ ਕੰਮ ਨਹੀਂ ਹੈਗਾ, ਤੁਹਾਡਾ ਪਹਿਲਾ ਵਰਕ ਪਰਮਿਟ ਜਿਹੜਾ ਤੁਸੀਂ ਕਿਸੇ ਕੰਪਨੀ ਵਿੱਚ ਇੰਟਰਵਿਊ ਦਿੱਤੀ ਸੀਗੀ ਉਹ ਅਪਲਾਈ ਹੋਇਆ ਵਾ, ਤੁਹਾਡਾ ਮੌਕਾ ਅਪਲਾਈ ਕਰਤਾ ਤੁਹਾਡੇ ਮਾਲਕ ਨੇ,
ਅਤੇ ਜਦ ਤੱਕ ਮੌਕਾ ਨਿਕਲ ਕੇ ਨਹੀਂ ਆਉਂਦਾ ਹੈਗਾ, ਮੌਕਾ ਪੇਪਰ ਜਿਹਨੂੰ ਵਰਕ ਪਰਮਿਟ ਕਹਿੰਦੇ ਆ ਸੈਕਿੰਡ, ਉਦੋਂ ਤੱਕ ਪਲੀਜ਼ ਕੰਮ ਨਾ ਕਰਿਓ। ਕੁਝ ਇੱਦਾਂ ਦੀ ਜਗ੍ਹਾ 'ਤੇ ਕੰਮ ਨਾ ਕਰਿਓ ਜਿੱਥੇ ਜ਼ਿਆਦਾ ਸਿਟੀ ਦੇ ਵਿੱਚ ਹੋਵੇ ਜਾਂ ਮਤਲਬ ਇੱਦਾਂ ਦਾ ਸਿਸਟਮ ਹੋਵੇ ਉੱਥੇ ਪੁਲਿਸ ਪਲਸ ਆਉਂਦੀ ਆ। ਸੋ ਇੱਦਾਂ ਦੀ ਥਾਵਾਂ 'ਤੇ ਕੰਮ ਪਲੀਜ਼ ਨਾ ਕਰਿਓ, ਕਿਉਂਕਿ ਕੱਲ੍ਹ ਨੂੰ ਤੁਹਾਨੂੰ ਪ੍ਰੋਬਲਮ ਹੋ ਸਕਦੀ ਆ, ਅਤੇ ਇਹ ਪ੍ਰੋਬਲਮ ਬਹੁਤ ਬੰਦਿਆਂ ਨੂੰ ਹੋਈ ਵੀ ਆ, ਠੀਕ ਆ। ਅਤੇ ਇੱਕ ਦੋ ਬੰਦੇ ਪਰਸਨਲੀ ਜਿਹਨਾਂ ਨੂੰ ਮੈਂ ਜਾਣਦਾ ਜਿਹਨਾਂ ਨੂੰ ਪ੍ਰੋਬਲਮ ਹੋਈ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ, ਅਤੇ ਇਸ ਕਰਕੇ ਮੈਂ ਤੁਹਾਨੂੰ ਇਸ ਚੀਜ਼ ਤੋਂ ਅਵੇਅਰ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਕੰਮ ਜੇ ਕਰਨਾ ਵਾ ਤਾਂ ਕੰਟਰੈਕਟ ਤੋਂ ਬਿਨਾਂ ਨਾ ਕਰੋ। ਬਾਕੀ ਈਜ਼ੀ ਆ, ਕੋਈ ਇਹਦੇ ਵਿੱਚ ਔਖਾ ਨਹੀਂ ਹੈਗਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿੱਦਾਂ ਤੁਸੀਂ ਦੂਸਰਾ ਕੰਮ ਕਰ ਸਕਦੇ ਆ। ਮੰਨ ਲਓ ਜੇ ਤੁਸੀਂ ਜਿਹੜਾ ਫਸਟ ਕੰਮ ਜਿਹੜੀ ਆਪਣੀ ਜੋਬ ਕਰਦੇ ਹੋ ਸਵੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਜੋਬ ਕਰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਮੈਂ 2-3 ਘੰਟੇ ਕੰਮ ਕਰ ਸਕਦਾ ਵਾਂ, ਕਿਉਂਕਿ ਮੇਰਾ ਕੰਮ ਹਲਕਾ ਵਾ, ਮੈਂ ਕਰ ਸਕਦਾ ਵਾਂ। ਤੁਸੀਂ ਫੂਡ ਡਿਲੀਵਰੀ ਦਾ ਕੰਮ ਜੇ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਕਿਸੇ ਕੰਪਨੀ ਦੇ ਵਿੱਚ ਕੋਈ ਕੰਮ ਮਿਲ ਰਿਹਾ 4 ਘੰਟੇ ਵਾਸਤੇ, ਜਾਂ ਤੁਹਾਨੂੰ ਕਿਸੇ ਰੈਸਟੋਰੈਂਟ 'ਚ ਕੰਮ ਮਿਲ ਰਿਹਾ ਕਲੀਨਿੰਗ ਦਾ 4 ਘੰਟੇ ਵਾਸਤੇ, ਤਾਂ ਉਸ ਬੰਦੇ ਕੋਲ ਜਾ ਕੇ ਤੁਸੀਂ ਜਿਸ ਉਸ ਬੰਦੇ ਨਾਲ ਜਿਹੜੀ ਕੰਮ ਗੱਲ ਕੀਤੀ ਹੈ ਕੰਮ ਦੀ ਕਿ ਵੀਕ ਦੇ ਵਿੱਚ ਮੈਂ ਤੇਰੇ ਕੋਲ ਇੰਨੇ ਦਿਨ ਆਊਂਗਾ ਅਤੇ ਸੈਟਰਡੇ ਸੰਡੇ ਜੇ ਤੁਹਾਨੂੰ ਛੁੱਟੀ ਹੁੰਦੀ ਤਾਂ ਮੈਂ ਫੁੱਲ ਆਊਂਗਾ, ਅਤੇ ਉਹਦੇ ਹਿਸਾਬ ਨਾਲ ਤੁਸੀਂ 4 ਘੰਟੇ ਦਾ ਕੰਟਰੈਕਟ ਉਸ ਕੋਲ ਲੈ ਲਓ। 4 ਘੰਟੇ ਦਾ ਕੰਟਰੈਕਟ ਜੇ ਤੁਸੀਂ ਲੈਂਦੇ ਆ ਅਤੇ ਲੈਣ ਤੋਂ ਬਾਅਦ 'ਚ ਤਾਂ ਫਿਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈਗੀ, ਤੁਸੀਂ ਐਵਰੀ ਡੇ ਆਪਦਾ ਕੰਮ ਕਰ ਸਕਦੇ ਹੋ। ਕੰਮ ਕਰਨ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੰਮ ਦੇ ਉੱਤੇ ਇਮੀਗ੍ਰੇਸ਼ਨ ਆ ਜਾਵੇ, ਤੁਹਾਨੂੰ ਚੈੱਕ ਕਰੇ, ਤੁਹਾਡੇ ਕੰਟਰੈਕਟ ਚੈੱਕ ਕਰੇ। ਹੁਣ ਮੇਰਾ ਕੰਟਰੈਕਟ ਮੇਰੇ ਕੋਲ ਹੀ ਹੁੰਦਾ ਵਾ, ਠੀਕ ਆ, ਅਤੇ TRC ਕਾਰਡ ਵਗੈਰਾ ਸਾਰਾ ਮੇਰਾ ਕੋਲ ਹੀ ਆ, ਅਤੇ ਮੇਰਾ ਦੂਸਰਾ ਕੰਟਰੈਕਟ ਉਹ ਵੀ ਮੇਰੇ ਕੋਲ ਹੀ ਆ, ਅਤੇ ਜਦੋਂ ਮੰਨ ਲਓ ਕਿ ਤੁਹਾਨੂੰ ਚੈੱਕ ਕਰੇ ਤਾਂ ਤੁਸੀਂ ਦਿਖਾ ਸਕਦੇ ਕਿ ਆ ਮੇਰਾ 4 ਘੰਟੇ ਦਾ ਕੰਟਰੈਕਟ ਆ, ਅਤੇ ਮੈਂ 4 ਘੰਟੇ ਵਾਸਤੇ ਆਇਆ ਸੀ ਕੰਮ। ਉਹਦੇ ਵਿੱਚ ਕੋਈ ਇਸ਼ੂ ਨਹੀਂ ਹੁੰਦਾ ਹੈਗਾ, ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ, ਇਮੀਗ੍ਰੇਸ਼ਨ ਤੁਹਾਨੂੰ ਕੁਛ ਨਹੀਂ ਕਹਿ ਸਕਦੀ। ਬਟ ਜੇ ਤੁਸੀਂ ਬਿਨਾਂ ਕੰਟਰੈਕਟ ਤੁਹਾਨੂੰ ਜਿਹੜੀ ਆ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਆ, ਫਿਰ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ। ਪਹਿਲਾਂ ਜੇ ਤੁਹਾਡੀ ਕੋਈ ਜੋਬ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਆ ਮੌਕਾ ਪੇਪਰ ਨਿਕਲਣ ਤੋਂ ਪਹਿਲਾਂ ਬਿਲਕੁਲ ਕੰਮ ਨਾ ਕਰੋ, ਕਿਉਂਕਿ ਕੁਝ ਏਰੀਆ ਦੇ ਵਿੱਚ ਕੁਝ ਜਿਹੜੀਆਂ ਥਾਵਾਂ ਦੇ ਵਿੱਚ ਇਮੀਗ੍ਰੇਸ਼ਨ ਜਿਹੜੇ ਛਾਪੇ ਮਾਰਦੀ ਆ। ਨੰਬਰ 2, ਜੇ ਤੁਹਾਡੇ ਕੋਲ ਆਲਰੇਡੀ ਜੋਬ ਹੈਗੀ ਆ, ਜੇ ਤੁਸੀਂ ਸੈਕਿੰਡ ਜੋਬ ਕਰਨਾ ਚਾਹੁੰਦੇ ਆ ਤਾਂ ਉਹਦਾ ਆਪਣੇ ਮਾਲਕ ਕੋਲੋਂ ਕੰਟਰੈਕਟ ਲੈ ਲਓ। ਤੁਸੀਂ ਕੰਟਰੈਕਟ ਲੈਣਾ ਵਾ ਉਹਦੇ ਕੋਲੋਂ, ਇਹ ਨਹੀਂ ਹੈ ਕਿ ਤੁਸੀਂ ਆਪਣੀ ID ਅਪਡੇਟ ਕਰਾਉਣੀ ਆ, ਮੌਕਾ ਦੂਜਾ ਨਿਕਲੂਗਾ ਫਿਰ ਮੌਕਾ, ਕੋਈ ਇਸ਼ੂ ਨਹੀਂ ਹੈਗਾ। ਖਾਲੀ ਕੰਟਰੈਕਟ ਉਹ ਬਣਾ ਦਿੰਦਾ ਹੁੰਦਾ ਮਾਲਕ, ਉਹਨੂੰ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ, 4 ਘੰਟੇ ਦਾ ਕੰਟਰੈਕਟ ਬਣਾ ਦਿੰਦਾ ਹੁੰਦਾ ਵਾ, ਅਤੇ ਉਹ ਤੁਹਾਨੂੰ ਈਜ਼ੀਲੀ ਮਿਲ ਜਾਣਾ। ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਿਉਂਕਿ ਬਹੁਤ ਇੱਥੇ ਪ੍ਰੋਬਲਮ ਹੋ ਰਹੀਆਂ ਵਾ, 1-2 ਬੰਦਿਆਂ ਨੂੰ ਮੈਂ ਵੀ ਦੇਖਿਆ ਵਾ ਇਸ ਪ੍ਰੋਬਲਮ ਦੇ ਵਿੱਚ, ਅਤੇ ਮੈਨੂੰ ਪਤਾ ਲੱਗਾ ਸੀਗਾ। ਬਾਕੀ ਜਿਹੜੀ ਚੀਜ਼ ਦਾ ਮੈਨੂੰ ਪਤਾ ਹੁੰਦਾ, ਜਿਹੜੀ ਚੀਜ਼ ਦੀ ਸਾਨੂੰ ਜਿਹੜੀ ਚੀਜ਼ ਆ ਜਾਂ ਅਸੀਂ ਐਕਸਪੀਰੀਅੰਸ ਕੀਤਾ ਵਾ ਜਾਂ ਅਸੀਂ ਜਿਹੜੀ ਚੀਜ਼ ਨੂੰ ਜਾਣਦੇ ਹਾਂ ਤਾਂ ਉਹ ਚੀਜ਼ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਾਕੀ ਵੀਡੀਓ ਚੰਗੀ ਲੱਗਦੀ ਹੁੰਦੀ ਸਪੋਰਟ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਅੱਗੇ ਵੀ ਕਿਸੇ ਨੂੰ ਪਤਾ ਲੱਗ ਸਕੇ। ਬਿਨਾਂ ਕੰਟਰੈਕਟ ਤੋਂ ਤੁਸੀਂ ਪਲੀਜ਼ ਕੰਮ ਨਾ ਕਰਿਓ, ਕੱਲ੍ਹ ਨੂੰ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ। ਤੁਸੀਂ ਪੈਸੇ ਲਾ ਕੇ ਆਏ ਆ, ਬਾਅਦ ਵਿੱਚ ਇੱਥੋਂ ਤੁਸੀਂ ਡਿਪੋਰਟ ਹੋ ਜਾਓਗੇ, ਇੰਡੀਆ ਤੁਹਾਨੂੰ ਇੰਡੀਆ ਪਾਕਿਸਤਾਨ ਤੁਹਾਡੇ ਹੋਮ ਕੰਟਰੀ ਕਿਤੇ ਵੀ ਤੁਹਾਨੂੰ ਵਾਪਸ ਭੇਜ ਦੇਣਗੇ, ਅਤੇ ਉਹ ਤਾਂ ਉਹ ਫਿਰ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ, ਕਿਉਂਕਿ ਅਰਮਾਨੀ ਇੱਦਾਂ ਦਾ ਕੰਟਰੀ ਪਰਸੈਂਟ ਜਿਹੜਾ ਵਾ ਵਰਕ ਪਰਮਿਟ ਲੱਗ ਜਾਂਦਾ ਵਾ, ਬਟ ਲੱਗਦਾ 6-8-10 ਮਹੀਨੇ ਦੇ ਵਿੱਚ ਆ। ਸਟੂਡੈਂਟ ਵੀਜ਼ਾ ਜਿਹੜਾ ਉਹ 4 ਕੁ ਮਹੀਨੇ 'ਚ ਲੱਗ ਜਾਂਦਾ ਵਾ, 3-4-5 ਕੁ ਮਹੀਨੇ ਦੇ ਵਿੱਚ ਲੱਗ ਜਾਂਦਾ ਵਾ, ਬਟ ਸਟੂਡੈਂਟ ਵਿੱਚ ਆਉਣ ਦਾ ਜਾਂ ਵਰਕ ਪਰਮਿਟ 'ਤੇ ਆਉਣ ਦਾ ਉਹ ਡਿਫਰੈਂਟ ਆ, ਅਤੇ ਉਹ ਤੁਸੀਂ ਆਪ ਚੋਇਸ ਕਰਨਾ ਹੁੰਦਾ ਵਾ। ਬਾਕੀ ਕੋਸ਼ਿਸ਼ ਕਰੂੰਗਾ ਨੈਕਸਟ ਵੀਡੀਓ ਦੇ ਵਿੱਚ ਜਾਂ ਇੱਕ ਅੱਧੀ ਵੀਡੀਓ ਮੈਂ ਬਣਾ ਕੇ ਦੱਸੂੰਗਾ ਕਿ ਜੇ ਕਿਸੇ ਨੇ ਸਟੂਡੈਂਟ ਵੀਜ਼ੇ 'ਤੇ ਆਉਣਾ ਵਾ ਅਤੇ ਉਹ ਕਿੱਦਾਂ ਈਜ਼ੀਲੀ ਆ ਸਕਦਾ ਵਾ, ਜਾਂ ਤੁਸੀਂ ਕਿਹੜੀਆਂ ਯੂਨੀਵਰਸਿਟੀਆਂ ਤੋਂ ਆ ਸਕਦੇ ਹਾਂ, ਮੈਂ ਤੁਹਾਨੂੰ ਸਾਰੇ ਲਿੰਕ ਵੀ ਟਰਾਈ ਕਰੂੰਗਾ ਪ੍ਰੋਵਾਈਡ ਕਰਾਉਣ ਦੀ, ਠੀਕ ਆ ਜੀ। ਕਿਉਂ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਗੱਲਬਾਤ, ਅਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਲਾਈਕ ਸ਼ੇਅਰ ਕਰਨਾ ਨਾ ਭੁੱਲੋ। ਧੰਨਵਾਦ ਜੀ ਸਾਰਿਆਂ ਦਾ।